ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ, ਜਿਨ੍ਹਾਂ ਨੇ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੇਂ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਹ ਨਵਾਂ ਗੀਤ ਸਿੱਧੂ ਮੂਸੇਵਾਲੇ ਦੇ 69 ਯਾਰਾਂ ਰੈਕਡ ਚੈਨਲ 'ਤੇ ਰਿਲੀਜ਼ ਹੋਵੇਗਾ। ਇਸ ਗੀਤ ਦਾ ਨਾਮ ਡੈਥ ਵੇ ਰੱਖਿਆ ਗਿਆ ਹੈ ਅਤੇ ਇਸ ਨੂੰ ਸਿੰਗਰ ਪਰਮ ਧੰਮੂ ਵੱਲੋਂ ਗਾਇਆ ਗਿਆ ਹੈ। ਪਰਮ ਧੰਮੂ ਉਹਨਾਂ ਸਿੰਗਰਾਂ ਵਿੱਚੋਂ ਹੈ ਜੋ ਸਿੱਧੂ ਮੂਸੇਵਾਲਾ ਨੇ 69 ਯਾਰਾਂ ਰੈਕਡ ਚੈਨਲ ਲਈ ਸਿਲੈਕਟ ਕੀਤੇ ਸਨ ਅਤੇ ਮੂਸੇ ਪਿੰਡ ਮਾਪਿਆਂ ਨੂੰ ਵੀ ਕਈ ਵਾਰ ਪਰਮ ਧੰਮੂ ਮਿਲ ਚੁੱਕਾ ਹੈ। ਇਹ ਗੀਤ 9 ਅਗਸਤ ਨੂੰ 69 ਯਾਰਾਂ ਰੈਕਡ 'ਤੇ ਅਫੀਸ਼ਲੀ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਗੀਤ ਨੂੰ ਪ੍ਰੋਡਿਊਸ ਵੀ ਸਿੱਧੂ ਮੂਸੇਵਾਲੇ ਦੇ ਮਾਪੇ ਹੀ ਕਰ ਰਹੇ ਹਨ। ਦੋਸਤੋ, ਤੁਸੀਂ ਵੀ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਿੱਧੂ ਬਾਈ ਦੇ 69 ਯਾਰਾਂ ਰੈਕਡ ਚੈਨਲ ਨੂੰ ਅਤੇ ਇਸ ਗੀਤ ਨੂੰ ਵਧੀਆ ਹੁੰਗਾਰਾ ਮਿਲ ਸਕੇ। ਇਸ ਦੇ ਨਾਲ ਹੀ ਜੇਕਰ 69 ਯਾਰਾਂ ਰੈਕਡ ਲੋਗੋ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਚੱਲ ਰਹੀ G20 ਕ੍ਰਿਕਟ ਲੀਗ ਦੀ ਸਰੀ ਜੈਗੁਆਰ ਟੀਮ ਦੀ ਜਰਸੀ ਉੱਪਰ ਵੀ ਸਿੱਧੂ ਮੂਸੇਵਾਲੇ ਦੇ 69 ਯਾਰਾਂ ਰੈਕਡ ਚੈਨਲ ਦਾ ਲੋਗੋ ਲੱਗਿਆ ਹੋਇਆ ਹੈ, ਜੋ ਕਿ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲਿਆਂ ਲਈ ਮਾਣ ਵਾਲੀ ਗੱਲ ਹੈ। ਇਸ ਟੀਮ ਵਿੱਚ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਦੇ ਕਈ ਨਾਮੀ ਪਲੇਅਰ ਖੇਡ ਰਹੇ ਹਨ, ਜਿਨ੍ਹਾਂ ਦੀ ਜਰਸੀ ਉੱਪਰ 69 ਯਾਰਾਂ ਰੈਕਡ ਚੈਨਲ ਦਾ ਲੋਗੋ ਲੱਗਿਆ ਹੋਇਆ ਹੈ।